ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੱਗਰ ਦਰਿਆ ਦੇ ਪਾਣੀ ਕਾਰਨ 20 ਪਿੰਡ ਪਾਣੀ ਵਿੱਚ ਡੁੱਬ ਚੁੱਕੇ ਨੇ ਤੇ ਹੁਣ ਸਰਦੂਲਗੜ ਸ਼ਹਿਰ ਵੀ ਡੁੱਬਣ ਦੀ ਕगार ਤੇ ਪਹੁੰਚ ਚੁੱਕਾ ਹੈ ਤੇ ਇਸ ਪਾਣੀ ਨੂੰ ਰੋਕਣ ਦੇ ਲਈ ਟਰੈਕਟਰਾਂ ਦੇ ਸਹਾਰੇ ਨਾਲ ਲੋਕ ਮਿੱਟੀ ਜਿਹੜੀ ਹੈ ਭਰ ਰਹੇ ਨੇ ਟਰਾਲੀਆਂ ਦੇ ਵਿੱਚ ਮਿੱਟੀ ਭਰ ਕੇ ਬੰਨ ਨੂੰ ਜਿਹੜਾ ਪਾੜ ਪਿਆ ਉਸ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਲੋਕਾਂ ਦੀ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਕਿ ਉਹ ਵਾਲੀ ਨਹੀਂ ਹੈ ਹਾਲਾਂਕਿ ਥੋੜੀ ਬਹੁਤ ਜ਼ਰੂਰ ਮਦਦ ਕੀਤੀ ਜਾ ਰਹੀ ਹੈ ਟਰੈਕਟਰ ਦੇ ਲਈ 10-15 ਲੀਟਰ ਜਿਹੜਾ ਤੇਲ ਦਿੱਤਾ ਜਾਂਦਾ ਹੈ ਜਿਸ ਨਾਲ ਪੂਰਤੀ ਨਹੀਂ ਪੈਂਦੀ ਸਿਰਫ ਜਿਹੜਾ ਕੁਝ ਦੇਰ ਚੱਲ ਕੇ ਹੀ ਟਰੈਕਟਰ ਖੜ ਜਾਂਦਾ ਹੈ ਉਸ ਤੋਂ ਬਾਅਦ ਇਹ ਲੋਕ ਜਿਹੜੇ ਨੇ ਆਪਣੇ ਪੱਲੇ ਤੋਂ ਪੈਸੇ ਖਰਚ ਕੇ ਤੇਲ ਪਵਾ ਕੇ ਉਸ ਤੋਂ ਬਾਅਦ ਇਹ ਜਿਹੜਾ ਬੰਨ ਹੈ ਉਸ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਵੱਡੇ ਪੱਧਰ ਉੱਤੇ ਜਿਹੜੇ ਟਰੈਕਟਰ ਚਲਾਏ ਜਾ ਰਹੇ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮਸ਼ੀਨ ਦੇ ਨਾਲ ਟਰਾਲੀਆਂ ਦੇ ਵਿੱਚ ਮਿੱਟੀ ਭਰੀ ਜਾ ਰਹੀ ਹੈ ਬਹੁਤ ਸਾਰੇ ਟਰੈਕਟਰ ਜਿਹੜੇ ਨੇ ਟਰਾਲੀਆਂ ਲੱਗੀਆਂ ਹੋਈਆਂ ਨੇ ਤੇ ਟਰਾਲੀਆਂ ਭਰ-ਭਰ ਕੇ ਪਾੜ ਨੂੰ ਜਿਹੜਾ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬੰਨ ਇੱਕ ਤਰ੍ਹਾਂ ਨਾਲ ਮਾਰਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੇ ਵਿੱਚ ਪਾਣੀ ਦਾਖਲ ਨਾ ਹੋ ਸਕੇ ਉਧਰ 20 ਤੋਂ ਵੱਧ ਪਿੰਡ ਦੱਸੇ ਜਾ ਰਹੇ ਨੇ ਇਸ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਇਹ ਪਿੰਡ ਦਾ ਇੱਕ ਪਿੰਡ ਸਾਧੂ ਵਾਲਾ ਪਿੰਡ ਜਾ ਰਿਹਾ ਉਸ ਪਿੰਡ ਦੇ ਵਿੱਚ 20 ਫੁੱਟ ਚੌੜਾ ਜਿਹੜਾ ਪਾੜ ਪੈ ਚੁੱਕਾ ਹੈ ਜਿਸ ਕਾਰਨ ਤੇਜ਼ ਪਾਣੀ ਜਿਹੜਾ ਹੈ ਪੂਰੇ ਵਹਾ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਇੱਕ ਤਰ੍ਹਾਂ ਨਾਲ ਪਾਇਆ ਜਾ ਰਿਹਾ ਹੈ ਤੇ ਉਹ ਲਗਾਤਾਰ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਪਿੰਡ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਨੇ ਉਹਨਾਂ ਦੇ ਵਿੱਚ ਲੋਕ ਘਰਾਂ ਦੀਆਂ ਛੱਤਾਂ ਉੱਤੇ ਬੈਠੇ ਹੋਏ ਨੇ ਤੇ ਤੰਬੂ ਤਾਣ ਕੇ ਆਪਣਾ ਗੁਜ਼ਰਬਸਰ ਜਿਹੜਾ ਕਰ ਰਹੇ ਨੇ ਖਾਣ ਪੀਣ ਦਾ ਸਾਮਾਨ ਵੀ ਉਹਨਾਂ ਕੋਲ ਬੜੀ ਮੁਸ਼ਕਲ ਦੇ ਨਾਲ ਪਹੁੰਚ ਰਿਹਾ ਹੈ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਪੂਰੀ ਤਰ੍ਹਾਂ ਦਾਖਲ ਹੋ ਚੁੱਕਾ ਹੈ ਉਹਨਾਂ ਦੇ ਟਰੈਕਟਰ ਗੱਡੀਆਂ ਮੋਟਰਸਾਈਕਲ ਤੇ ਹੋਰ ਵਾਹਨ ਵੀ ਜਿਹੜੇ ਪਾਣੀ ਵਿੱਚ ਡੁੱਬੇ ਹੋਏ ਨੇ ਮੱਝਾਂ ਤੇ ਹੋਰ ਜਿਹੜੇ ਪਸ਼ੂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਪਾਣੀ ਦੇ ਵਿੱਚ ਡੁੱਬਣ ਕਾਰਨ ਉਹਨਾਂ ਦੇ ਵਿੱਚ ਵੀ ਮੁਸ਼ਕਲ ਜਿਹੜੀ ਆ ਰਹੀ ਹੈ ਉਹਨਾਂ ਦੇ ਜ਼ਿੰਦਗੀ ਤੇ ਮੌਤ ਦੀ ਲੜਾਈ ਜਿਹੜੇ ਪਸ਼ੂ ਕਈ ਲੜ ਰਹੇ ਨੇ ਤਸਵੀਰਾਂ ਹੁਣ ਤੁਹਾਨੂੰ ਸਰਦੂਲਗੜ੍ਹ ਕਸਬੇ ਦੀਆਂ ਦਿਖਾ ਰਹੇ ਆ ਜਿੱਥੇ ਕਿ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਟਰੈਕਟਰਾਂ ਦੇ ਨਾਲ ਜਿਹੜੀ ਹੈ ਮਿੱਟੀ ਟਰਾਲੀਆਂ ਦੇ ਵਿੱਚ ਭਰ ਕੇ ਪਾਣੀ ਦੇ ਰੋਕਣ ਦੇ ਲਈ ਇੱਕ ਬੰਨ ਬਣਾ ਰਹੇ ਨੇ ਤਾਂ ਜੋ ਸ਼ਹਿਰ ਦੇ ਵਿੱਚ ਪਾਣੀ ਦਾਖਲ ਹੋਣ ਤੋਂ ਰੋਕਿਆ ਜਾ ਸਕੇ ਹਾਲਾਂਕਿ 20 ਤੋਂ ਵੱਧ ਪਿੰਡ ਜਿਹੜੇ ਨੇ ਇਸ ਦੀ ਲਪੇਟ ਵਿੱਚ ਹੁਣ ਤੱਕ ਆ ਚੁੱਕੇ ਨੇ ਤੇ ਹੁਣ ਹੋਰ ਪਿੰਡਾਂ ਦੇ ਲੋਕ ਵੀ ਜਿਹੜੇ ਨੇ ਚੌਕਸ ਹੋ ਚੁੱਕੇ ਨੇ ਤੇ ਬਹੁਤ ਸਾਰੇ ਪਿੰਡਾਂ ਦੇ ਲੋਕ ਆਪਣਾ ਸਮਾਨ ਲੈ ਕੇ ਉੱਚੇ ਸਥਾਨਾਂ ਵੱਲ ਜਾ ਰਹੇ ਨੇ ਤਾਂ ਜੋ ਉਸ ਤੋਂ ਬਚਿਆ ਜਾ ਸਕੇ ਲੋਕਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਜਲਦ ਇਸ ਪਾੜ ਨੂੰ ਪੂਰਾ ਜਾਵੇ ਤਾਂ ਜੋ ਹੋਰ ਪਿੰਡ ਡੁੱਬਣ ਤੋਂ ਬਚਾਏ ਜਾ ਸਕਣ ਟਰੈਕਟਰ ਨਾਲ ਬੰਨ ਮਾਰ ਰਹੇ ਲੋਕਾਂ ਦਾ ਇਸ ਸੰਬੰਧੀ ਕੀ ਕੁਝ ਕਹਿਣਾ ਹੈ ਉਹ ਵੀ ਸੁਣ ਲੈਨੇ ਆ ਪਾਣੀ ਦੀ ਸਥਿਤੀ ਬਈ ਬਹੁਤ ਗੰਭੀਰ ਆ ਸਰਦੂ ਵੜਚਾ ਆ ਪਿੱਛੇ ਸਾਰੇ ਪਿੰਡ ਡੁੱਬ ਚੁੱਕੇ ਆ ਇਹ ਹੁਣ ਸਾਡਾ ਮੰਡੀ ਵੀ ਸਰਦੂ ਵੜ ਦੀ ਡੁੱਬਣ ਦੀ ਕੰਗਾਰ ਤੇ ਆ ਇੱਥੋਂ ਤਾ ਇਹ ਨੇੜੇ ਪੈਂਦੀ ਇਹ ਮਿੱਟੀ ਤਾਂ ਚੱਕੀ ਜਾਂਨੇ ਆ ਪੂਰਾ ਪਾਣੀ ਪੂਰੇ ਜੋਰਾਂ ਤੇ ਆ ਵੀ ਬਹੁਤ ਤੇਜ਼ ਰਿਹਾ ਘਟੰਦਾ ਵੀ ਕੋਈ ਹੋ ਨਹੀਂ ਹੈਗਾ ਇਹ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ سپورਟ ਮਿਲ ਰਹੀ ਆ ਪ੍ਰਸ਼ਾਸਨ ਵੱਲੋਂ ਜੀ ਗਾਲੀ سپورਟ ਨਹੀਂ ਹੈਗੀ ਥੋੜੀ ਬਹੁਤੀ ਹੈ ਕਿਉਂਕਿ ਪ੍ਰਸ਼ਾਸਨ ਦਿੰਦਾ ਹਨ ਨੂੰ ਟਰੈਕਟਰਾਂ ਨੂੰ 10-10 ਇਹ 15-15 ਲੀਟਰ ਤੇਲ ਦਿੰਦਾ। ਉਹਦੇ ਨਾਲ ਟਰੈਕਟਰ ਸਿਰਫ ਘੰਟਾ 1.5 ਘੰਟਾ ਚੱਲ ਕੇ ਬੰਦ ਹੋ ਜਾਂਦੇ ਆ। ਦੋ ਘੇੜੇ ਲੱਗਦੇ ਆ। ਆ ਤਾਈਂੋ ਸਕੂਲ ਦੀ ਮਿੱਟੀ ਪੱਟੀ ਜਾਂਦੇ ਆ ਸਾਰੇ ਅਸੀਂ। ਵੀ ਇਹ ਨੇੜੇ ਪੈਂਦੀ ਆ। ਅੱਜ ਜੇ ਕਰੇ ਤਰਤੂਲਗੜ ਬਾਹਰ ਜਾਂਦਾ ਤਾਂ ਕਿਹੜੇ ਪਿੰਡਾਂ ਦਾ ਨੁਕਸਾਨ ਹੋਊਗਾ। ਆ ਪਿੱਛੇ ਹੀ ਸਾਰੇ ਪਿੰਡਾਂ ਦਾ ਨੁਕਸਾਨ ਹੋ ਗਿਆ। ਜਿਹੜੀ ਪਿੱਛੇ ਕੌੜੀ ਕੌੜੀ ਦਾ ਹੂ ਆਲੂਪੁਰੇ ਇਧਰ ਸਾਰੇ ਕਿਤੇ ਜਾਊ। ਪਾਣੀ